ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪਰਦਰਸ਼ਨ ਦਰਨ ਪਾਰਟੀ ਦੇ ਨੇਤਾ ਹੋਏ ਜ਼ਖਮੀ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹਾਂ ਪੰਜਾਬ ਵਿੱਚ ਗਰਮੀ ਦੇ ਵਾਧ ਰਹੇ ਕੈਰ ਦੇ ਵਿੱਚ ਕਾਰ ਲਗਾਤਾਰ ਬਿਜਲੀ ਦੇ ਕਟ ਕਣ ਲੋਕ ਪਰੇਸ਼ਾਨ ਹੋ ਕੇ ਸੜਕਾਂ ਤੇ ਉਤਰ ਆਏ ਹਨ ਜਿਸ ਦੇ ਚਲਦਿਆ ਪੰਜਾਬ ਵਿੱਚ ਬਿਜਲੀ ਕਟਾਂ ਤੇ ਸਿਆਸੀਕਰੰਟ ਵੀ ਦੇਖਣ ਨੂੰ ਮਿਲਿਆ ਉੱਤਿ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੀ ਬਿਜਲੀ ਸੰਕਟ ਖਿਲਾਫ ਫਾਸੀ ਵਾਸਾ ਵਿੱਚ ਮੋਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਫਾਰਮ ਹਾਊਸ ਦਾ ਕਰਾਉ ਕੀਤਾ ਗਿਆ ਇਸ ਦੌਰਾਨ ਆਪ ਪਾਰਟੀ ਦੇ ਵਰਕਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਆਪ ਪਾਰਟੀ ਦੇ ਲੀਡਰ ਮਨਵਿੰਦਰ ਸਿੰਘ ਖਾਸ ਪੁਰੀਆ ਵੀ ਸ਼ਾਮਲ ਸੰ ਜਾਣਕਾਰੀ ਤੇ ਪਤਾ ਚੱਲਿਆ ਕਿ ਉਹ ਬੈਰੀਕੇਟ ਟੱਪਾਂ ਦੀ ਕੋਸ਼ਿਸ਼ ਕਰ ਰਹੇ ਸਨ ਉਸ ਸਮੇਂ ਉਹ ਜ਼ਖਮੀ ਹੋ ਗਏ ਤੇ ਹਟਾਂ ਡਿੱਗੇ ਉਹਨਾਂ ਨੂੰ ਹੁਣ ਚੰਡੀਗੜ੍ਹ ਦੇ ਸੈਕਟਰ 16 ਚ ਹਸਪਤਾਲ ਦਾਖਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਉਹ ਜੀਰ ਇਲਾਜਾਂ ਦੇ ਨਾਲ-ਨਾਲ ਹੀ ਹੋਰ ਵੀ ਬਹੁਤ ਸਾਰੇ ਵਰਕਰਸ ਨੇ ਉਹ ਵੀ ਜ਼ਖਮੀ ਹੋਏ ਐ ਜਿਸ ਵਿੱਚ ਸਿੱਧੂ ਵੀ ਸ਼ਾਮਲ ਨੇ ਤੇ ਤੁਸੀਂ ਕੀ ਕਹਿਣਾ ਜਾਓਗੇ ਕਮੈਂਟ ਸੈਕਸ਼ਨ ਅਪ 下ਰ ਦੇਣਾ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ